ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਲਈ ਚੱਲਦੇ ਹਾਂ ਬਠਿੰਡਾ। ਦੋਸਤੋ, ਦਿੱਲੀ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਸ ਘਟਨਾ ਨੇ ਪੂਰੇ ਪੂਰੇ ਸੰਸਾਰ ਵਿੱਚ ਹੜਕਮ ਮਚਾ ਦਿੱਤਾ ਔਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਜੇ ਹੋਇਆ ਤਾਂ ਉਸ 'ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਸੀ? ਔਰ ਪਹਿਲੀ ਗੱਲ ਹੈ ਕਿ ਘਟਨਾ ਜਿਹੜੀ ਉਹ ਵਧੀ ਤਾਂ ਵਧੀ ਕਿਉਂ ਹੈ, ਔਰ ਦੂਸਰੀ ਗੱਲ ਇਹ ਹੈ ਕਿ ਕੀ ਉਹ ਪੁਲਿਸ ਵਾਲੇ ਉਹਨਾਂ 'ਤੇ ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਕਿਸ ਤਰ੍ਹਾਂ ਇਹ ਮਾਹੌਲ ਨੂੰ ਰਾਜਨੀਤਿਕ ਰੰਗਤ ਤੋਂ ਦੂਰ ਰੱਖਿਆ ਜਾ ਸਕੇ। ਇਸ ਪੂਰੀ ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਬਠਿੰਡੇ ਤੋਂ ਵਿਨੋਦ ਬੰਸਲ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਪੁੱਛਦੇ ਹਾਂ ਉਹਨਾਂ ਕੋਲੋਂ ਕਿ ਇਸ ਘਟਨਾ ਨੂੰ ਉਹ ਕਿਸ ਨਜ਼ਰੀਏ ਨਾਲ ਵੇਖ ਰਹੇ ਨੇ। ਬੰਸਲ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਨਮਸਕਾਰ ਸੋਤਾ ਜੀ। ਕੱਲ੍ਹ ਦਿੱਲੀ ਦੇ ਵਿੱਚ ਜੋ ਘਟਨਾ ਹੋਈ ਹੈ, ਕੀ ਉਸ ਨੂੰ ਰਾਜਨੀਤਿਕ ਰੰਗਤ ਦੇਣੀ ਜ਼ਰੂਰੀ ਹੈ ਜਾਂ ਨਹੀਂ? ਸੋਤਾ ਜੀ, ਸਭ ਤੋਂ ਪਹਿਲਾਂ ਤਾਂ ਦੇਖਣ ਦੀ ਗੱਲ ਹੈ ਵੀ ਉਹ ਘਟਨਾ ਹੋਈ ਕਿਉਂ ਤੇ ਉਹਦੇ ਅਸਲ ਤੱਤ ਕੀ ਨੇ ਜੀ। ਸਭ ਤੋਂ ਪਹਿਲਾਂ ਤਾਂ ਇਹ ਦੇਖਣੇ, ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਜਿਵੇਂ ਕਿ ਆਪਾਂ ਕਹਿੰਦੇ ਆ ਵੀ ਗਲਾਸ ਭਰਿਆ ਤੇ ਗਲਾਸ ਖਾਲੀ ਆ, ਦੋਨਾਂ ਪੱਖਾਂ ਤੋਂ ਵਿਚਾਰਨ ਦੀ ਗੱਲ ਹੈ ਤੇ ਦੋਨਾਂ ਹੀ ਤਰਫੇ ਦੇਖ ਕੇ ਹੀ ਇਸ ਗੱਲ ਨੂੰ ਕਿਸੇ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਸੀਗਾ ਵੀ ਜਿਹੜੀ ਉਹ ਸਿੱਖ ਨਾਲ ਇੱਕ ਬਹਿਸ ਹੋਈ, ਪਹਿਲਾਂ ਜੋ ਸਟਾਰਟ ਹੋਈ ਉਹ ਕਿਸ ਗੱਲ ਤੋਂ ਹੋਈ ਜੀ, ਨੰਬਰ ਇੱਕ। ਦੂਜੀ ਗੱਲ ਇਹ ਸੀ ਜੇ ਪੁਲਿਸ ਮੈਨ ਕੋਈ, ਪਹਿਲਾਂ ਤਾਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਆਮ ਲੋਕਾਂ ਨੂੰ ਇੱਕ ਚੰਗੇ ਵਤੀਰੇ ਨਾਲ ਉਹ ਚੈੱਕ ਕਰੇ, ਜੇ ਕੋਈ ਗਲਤੀ ਕਰਦਾ ਜਾਂ ਰੂਲ ਦਾ ਕੋਈ ਵਾਇਲੇਸ਼ਨ ਕਰਦਾ, ਤੋੜਦਾ ਹੈ, ਤਾਂ ਉਹਦਾ ਉਹਨੂੰ ਉਸ ਤਰੀਕੇ ਨਾਲ ਡੀਲ ਕੀਤਾ ਜਾਵੇ ਜਿਵੇਂ ਕਾਨੂੰਨ ਦੀਆਂ ਹੱਦਾਂ 'ਚ ਰਹਿ ਕੇ ਚਲਾਨ ਬਣੇ ਆ ਜੀ, ਜਾਂ ਉਹਨੂੰ ਸਾਈਡ ਤੇ ਲਵਾ ਕੇ ਕਿਸੇ ਤਰੀਕੇ ਨਾਲ ਉਹਨੂੰ ਫੜਿਆ ਜਾਂਦਾ, ਸਮਝਾਇਆ ਜਾਂਦਾ, ਕਾਨੂੰਨੀ ਤਰੀਕੇ ਨਾਲ ਉਹਨਾਂ ਨੇ ਕਰਨਾ ਸੀ। ਅੱਛਾ, ਦੂਜੀ ਦੇਖਣ ਦੀ ਗੱਲ ਇਹ ਹੈ ਵੀ ਇਹ ਕੋਈ ਵੀ ਇਨਸਾਨ ਹੈ, ਚਾਹੇ ਉਹ ਪਗੜੀਧਾਰੀ ਸਿੱਖ ਸੀ ਜਾਂ ਉਹਦੀ ਥਾਂ ਕੋਈ ਹਿੰਦੂ ਭਾਈ ਹੈ ਜਾਂ ਕੋਈ, ਮਤਲਬ ਕੋਈ ਵੀ ਇਨਸਾਨ, ਸਭ ਤੋਂ ਪਹਿਲਾਂ ਆਪਾਂ ਹਿੰਦੁਸਤਾਨੀ ਆ, ਹਿੰਦੁਸਤਾਨ ਦੇ ਨਾਗਰਿਕ ਹੈ ਤੇ ਨਾਗਰਿਕ ਦੇ ਤੌਰ ਤੇ ਇੱਕ ਇਸ ਚੀਜ਼ ਨੂੰ ਲੈਣਾ ਚਾਹੀਦਾ ਵੀ ਕੀ ਇਹ ਜਾਇਜ਼ ਹੈ ਜੇ ਪੁਲਿਸ ਮੈਨ ਉਹਨੂੰ ਰੋਕਦਾ ਜਾਂ ਕੁਛ ਪੁੱਛਦਾ ਹੈ, ਉਹਨੂੰ ਆਪਾਂ ਹਥਿਆਰ, ਕਿਰਪਾਨ ਜਾਂ ਕੋਈ ਹੋਰ ਹਥਿਆਰ ਕੱਢ ਕੇ ਡਰਾਈਏ, ਇਹ ਵੀ ਇੱਕ ਗਲਤੀ ਦੇਖਣ ਵਾਲੀ ਗੱਲ ਹੈ ਵੀ ਸਾਹਮਣੇ ਵੀ ਗਲਤੀ ਹੋਈ ਹੈ। ਇਹ ਕੋਈ ਗਲਤੀ ਦੇਖਣ 'ਚ ਇਹ ਲੱਗਦਾ ਵੀ ਇੱਕ ਪਾਸਿਓਂ ਨਹੀਂ, ਗਲਤੀ ਕਦੇ ਵੀ ਲੜਾਈ ਜਦੋਂ ਹੁੰਦੀ ਹੈ ਤਾਂ ਦੋਨਾਂ ਧਿਰਾਂ ਦਾ ਕਸੂਰ ਹੁੰਦਾ, ਕਿਸੇ ਦਾ ਥੋੜਾ ਘੱਟ ਜਾਂ ਕਿਸੇ ਦਾ ਆਪਾਂ ਵੱਧ ਕਹਿ ਸਕਦੇ ਹਾਂ, ਪਰ ਇਹ ਨਹੀਂ ਹੁੰਦਾ ਵੀ ਇੱਕ ਨਿਰਾ ਪੂਰਾ ਇੱਕ ਦਾ ਕਸੂਰ ਹੈ। ਦੂਜੀ ਗੱਲ, ਜੇ ਉਸ ਨੇ ਵਾਇਲੇਸ਼ਨ ਕੀਤੀ ਸੀ, ਪਹਿਲਾਂ ਤਾਂ ਉਹਨੇ ਕਿਰਪਾਨ ਕੱਢਣੀ, ਜੇ ਕੱਢੀ ਤਾਂ ਪੁਲਿਸ ਵਾਲੇ ਬਹੁਤ ਸਾਰੇ ਲੋਕ ਆ ਗਏ ਸੀ, ਉਹਨੂੰ ਫੜ ਕੇ ਕਾਬੂ ਕਰਕੇ ਲਿਜਾ ਸਕਦੇ ਸੀ, ਲੈ ਕੇ ਵੀ ਗਏ, ਪਰ ਉਦੋਂ ਬਾਅਦ ਜਿਹੜੀਆਂ ਵੀਡੀਓ ਵਾਇਰਲ ਜਾਂ ਫੋਟੋ ਵਾਇਰਲ ਹੋਈਆਂ ਵੀ ਕੁੱਟਮਾਰ ਹੋਈ ਆ, ਉਹਦੇ ਸਰੀਰ ਤੇ ਚੋਟ ਦੇ ਨਿਸ਼ਾਨ ਹੈ, ਪੁਲਿਸ ਦਾ ਇਹ ਕੰਮ ਨਹੀਂ ਵੀ ਉਹ ਉਸਨੇ ਜੋ ਗਲਤੀ ਕੀਤੀ ਆ ਉਹਨੂੰ ਕੁੱਟੋ ਜਾਂ ਕੋਈ ਇਹੋ ਜਿਹਾ ਅਣਮਨੁੱਖੀ ਤਸੱਲਤ ਕਰੋ ਵੀ ਉਸ ਬੰਦੇ ਦੇ ਉੱਤੇ ਕੋਈ ਨੁਕਸਾਨ ਹੋ ਜੇ, ਉਹਨੂੰ ਕਾਨੂੰਨੀ ਪ੍ਰਕਿਰਿਆ ਨਾਲ ਉਹਨੂੰ ਫੜਨਾ ਸੀ, ਉਹਦੇ ਉੱਤੇ ਬਣਦੀਆਂ ਕਾਨੂੰਨੀ ਕਾਰਵਾਈ ਕਰਨੀ ਸੀ, ਆਪਾਂ ਨੂੰ ਕਾਨੂੰਨ ਨੇ ਇੱਕ ਧਾਰਾ ਦਿੱਤੀਆਂ ਉਹਦੇ ਉੱਤੇ ਬਣਦੀ ਕਾਰਵਾਈ ਕਰਕੇ ਅੱਗੇ ਜਾਂਚ ਕਰਕੇ ਪੂਰੀ ਤਰ੍ਹਾਂ ਸਿੱਟੇ ਨਾਲ ਉਹਨੂੰ ਸੁਲਝਾਉਣਾ ਸੀ। ਇੱਕ ਪਹਿਲਾਂ ਤਾਂ ਮਸਲਾ ਬਣਦਾ ਸੀ ਦੋਨਾਂ ਤਰਫੋਂ ਗਲਤੀ ਹੈ, ਹੁਣ ਕੀ ਸਰਕਾਰਾਂ ਨੂੰ ਇਹ ਚਾਹੀਦਾ ਵੀ ਉਸ ਮੁੱਦੇ ਤੇ ਇੱਕ ਹਾਈ ਲੈਵਲ ਕੋਈ ਜਾਂਚ ਬਿਠਾ ਕੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਬਿਲਕੁਲ ਸੋਚਤਾ ਜੀ। ਦੂਜੀ ਗੱਲ ਇੱਥੇ ਦੇਖਣ ਵਾਲੀ, ਸੋਸ਼ਲ ਮੀਡੀਆ ਦਾ ਜ਼ਮਾਨਾ, ਵੀਡੀਓ ਵਾਇਰਲ ਹੁੰਦੀ ਹੈ, ਲੋਕਾਂ ਨੂੰ ਇਹ ਐਂਗਲ ਲੈ ਲਿਆ ਵੀ ਸਿੱਖਾਂ ਤੇ ਉਹ ਹੋ ਰਿਹਾ ਹੈਗਾ। ਇਹ ਪਹਿਲਾਂ ਆਪਾਂ ਪੰਜਾਬ ਦੇ ਵਿੱਚ 1984 ਚ ਦਿੱਲੀ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਲੈ ਕੇ ਜੋ ਆਪਾਂ ਸੰਤਾਪ ਹੰਡਾਇਆ ਹੈ, ਇੰਨੇ ਸਾਲ ਬਾਵਜੂਦ ਵੀ ਬੇਕਸੂਰੇ ਨਿਹੱਤੇ ਲੋਕਾਂ ਨੇ ਜਿਹਨਾਂ ਦਾ ਕੋਈ ਕਸੂਰ ਨਹੀਂ ਸੀਗਾ, ਬਿਲਕੁਲ, ਉਹ ਵੀ ਇਸ ਚੀਜ਼ ਦੀ ਮਾਰ ਹੇਠ ਆਏ ਨੇ। ਜਦੋਂ ਕੋਈ ਵੀ ਦੰਗਾ ਫਸਾਦ ਜਾਂ ਕੋਈ ਵੀ ਚੀਜ਼ ਹੁੰਦਾ ਉਹਦੇ ਵਿੱਚ ਬਹੁਤ ਜਨ ਜੀਵਨ ਪ੍ਰਭਾਵਿਤ ਹੁੰਦਾ, ਆਮ ਲੋਕ ਆਉਂਦੇ ਆ, ਆਮ ਦਿਹਾੜੀ ਕਰਨ ਵਾਲਾ ਬੰਦਾ, ਆਮ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਵਿੱਚ ਫੇਟ 'ਚ ਆ ਜਾਂਦਾ ਤੇ ਉਹਦੇ ਸੱਟਾਂ ਲੱਗਦੀਆਂ ਨੇ, ਨੁਕਸਾਨ ਹੁੰਦਾ। ਇਹ ਨਹੀਂ ਚਾਹੀਦਾ ਸੀਗਾ ਵੀ ਇੱਕ ਚੀਜ਼ ਨੂੰ ਆਪਾਂ ਹਾਈ ਕਰ ਦਈਏ ਵੀ ਇਹ ਸਿੱਖ ਹੈ।
ਕੀ ਤੁਸੀਂ ਇਹ ਮੰਨਦੇ ਹੋ ਵੀ ਉਹ ਸਿੱਖ ਪਗੜੀਧਾਰੀ ਨਾ ਹੁੰਦਾ, ਇੱਕ ਆਮ ਬੰਦਾ ਕੋਈ ਹਿੰਦੂ ਜੈਂਟਲਮੈਨ ਹੁੰਦਾ ਜਾਂ ਕੋਈ ਹੋਰ ਕਿਸੇ ਧਰਮ ਨਾਲ ਹੁੰਦਾ, ਕੀ ਤੁਸੀਂ ਉਹ ਉਸ ਗੱਲ ਨੂੰ ਮੰਨਦੇ ਹੋ ਵੀ ਜੋ ਕਿਰਪਾਨ ਕੱਢਦਾ ਜਾਂ ਪੁਲਿਸ ਉਹਨੂੰ ਕੁੱਟਦੀ ਤਾਂ ਵੀ ਆਪਾਂ ਇਹ ਗੱਲਾਂ ਕਰਦੇ? ਇੱਕ ਇਨਸਾਨੀਅਤ ਨੂੰ ਲੈ ਕੇ ਆਪਣੇ ਦੇਸ਼ ਦੇ ਵਿੱਚ ਕੁਝ ਕੋਝੀ ਚਾਲ ਚੱਲੀ ਜਾ ਰਹੀ ਹੈ। ਕੁਛ ਕੁ ਸ਼ਰਾਰਤੀ ਲੋਕ ਇਹਨੂੰ ਹਿੰਦੂ ਸਿੱਖ ਦੀ ਰੰਗਤ ਦੇ ਕੇ, ਕੁਛ ਕੁ ਰਾਜਨੀਤਿਕ ਲੋਕ ਆਪ ਇਹਨੂੰ ਹਿੰਦੂ ਸਿੱਖ ਦਾ ਰਾਜਨੀਤਿਕ ਰੰਗ ਦੇ ਕੇ ਆਮ ਲੋਕਾਂ ਨੂੰ ਆਪ ਭਾਈਚਾਰੇ ਨੂੰ ਖਤਮ ਕਰਕੇ ਆਪ ਤਾਂ ਇਸੇ ਰੂਮ ਚ ਬੈਠੇ ਚਲੇ ਜਾਂਦੇ ਆ, ਆਮ ਲੋਕਾਂ ਨੂੰ ਸੜਕਾਂ ਤੇ ਚੱਲਣਾ ਔਖਾ ਹੋ ਜਾਂਦਾ ਹੈ, ਹਿੰਦੂ ਸਿੱਖ ਨੂੰ ਬੁਰੀ ਤਰ੍ਹਾਂ ਦੇਖਣ ਲੱਗ ਜਾਂਦਾ, ਸਿੱਖ ਹਿੰਦੂ ਨੂੰ ਬੁਰੀ ਤਰ੍ਹਾਂ। ਇਹ ਭਾਈਚਾਰਾ ਖਤਮ ਕਰਕੇ ਆਪਸ ਵਿੱਚ ਲੜਾ ਕੇ ਆਪ ਦੇ ਫਾਇਦੇ ਖਾਤਰ ਭਾਈਚਾਰੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਲੇਕਿਨ ਬੰਸਲ ਸਾਹਿਬ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਹੁਣ ਰਾਜਨੀਤਿਕ ਜਿਹੜੀ ਪੁੱਲ ਹੈ ਉਹ ਦਿੱਤੀ ਜਾ ਰਹੀ ਹੈ। ਬਿਲਕੁਲ ਸੋਤਾ ਜੀ, ਰਾਜਨੀਤੀ ਪਾਰਟੀਆਂ ਆਪਣੇ ਹਿੰਦੁਸਤਾਨ ਦਾ ਇਹ ਇੱਕ ਦੁਖਾਂਤ ਹੈ ਵੀ ਆਪਣੇ ਵੋਟ ਬੈਂਕ ਖਾਤਰ, ਆਪਣੀਆਂ ਕੁਰਸੀਆਂ ਖਾਤਰ, ਲੋਕਾਂ ਦੀ ਆਮ ਲੋਕਾਂ ਦੀ ਭਲਾਈ ਨਾ ਸੋਚ ਕੇ ਇਹ ਕਿਸੇ ਵੀ ਤਰ੍ਹਾਂ ਦੀ ਰੰਗਤ ਕਿਸੇ ਵੀ ਤਰ੍ਹਾਂ ਦੇ ਦਿੰਦੇ ਆ। ਆਮ ਲੋਕ ਬੈਠ ਕੇ ਇਹ ਕਹਿੰਦੇ ਵੀ ਸਿੱਖ ਭਾਈਚਾਰੇ ਤੇ ਆਹ ਕੁਛ ਹੋ ਗਿਆ, ਸਿੱਖ ਆਪਦੀ ਜਿਹੜੇ ਸਿੱਖ ਲੀਡਰ ਨੇ ਉਹ ਆਪਦੀ ਨੇਤਾਗਰੀ ਚਮਕਾਉਣ ਦੇ ਮਾਰੇ ਕਰ ਦਿੰਦੇ ਆ। ਆਪਾਂ ਪੰਜਾਬ ਦੇ ਵਿੱਚ ਐਡਾ ਵੱਡਾ ਸੰਤਾਪ ਭੋਗ ਚੁੱਕਿਆ ਹਿੰਦੂ ਸਿੱਖ ਦੇ ਨਾਂ ਤੇ, ਜਦੋਂ ਕਿ ਆਮ ਲੋਕ ਆਮ ਭਾਈਚਾਰਾ ਆਮ ਹਿੰਦੂ ਸਿੱਖ ਭਰਾ ਭਰਾ ਇਕੱਠੇ ਰਹਿੰਦੇ ਆ, ਉਹਨਾਂ ਦੀਆਂ ਬਿਜ਼ਨਸ ਪਾਰਟਨਰ ਹੈ, ਪਾਰਟਨਰਸ਼ਿਪ ਚ ਕੰਮ ਕਰਦੇ ਆ, ਉਹਨਾਂ ਦੀ ਖੇਤੀ ਸਾਂਝੀ ਆ, ਉਹਨਾਂ ਦੇ ਇਕੱਠੇ ਘਰ ਆਸ ਨਾਲ ਹੈ, ਭਾਈਚਾਰਾ ਸਾਂਝਾ, ਆਪਣੇ ਤਿਉਹਾਰ ਸਾਰੇ ਸਾਂਝੇ ਹੈ, ਚਾਹੇ ਹਿੰਦੂਆਂ ਦਾ ਤਿਉਹਾਰ ਹੋਵੇ ਸਿੱਖਾਂ ਦਾ ਹੋਵੇ, ਰਲ ਮਿਲ ਕੇ ਮਨਾਉਂਦੇ। ਇਹਨਾਂ ਦੇ ਮਨਾਂ ਚ ਕੁਛ ਨੀ, ਪਰ ਇਹਨਾਂ ਦੇ ਮਨਾਂ ਚ ਨਫ਼ਰਤ ਭਰੀ ਜਾਂਦੀ ਹੈ, ਲੋਕਾਂ ਨੂੰ ਲੜਾਇਆ ਜਾਂਦਾ, ਦੂਰ ਰੱਖਿਆ ਜਾਂਦਾ ਸਿਰਫ ਵੋਟ ਬੈਂਕ ਤੱਕ। ਰਾਜਨੀਤੀ ਨਹੀਂ, ਰਾਜਨੀਤਿਕ ਲੋਕਾਂ ਨੂੰ ਇਹ ਚਾਹੀਦਾ ਵੀ ਤੁਸੀਂ ਜੇ ਤੁਹਾਨੂੰ ਅਸੀਂ ਚੁਣ ਕੇ ਭੇਜਿਆ ਜਾਂ ਅਸੀਂ ਤੁਹਾਨੂੰ ਉੱਥੇ ਬਿਠਾਇਆ, ਇਹ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਬਿਠਾਇਆ, ਨਾ ਕਿ ਤੁਸੀਂ ਆਪਦੇ ਵੋਟ ਬੈਂਕ ਵਾਸਤੇ। ਜਾਂਦੇ ਜਾਂਦੇ ਇੱਕ ਛੋਟਾ ਜਿਹਾ ਕਮੈਂਟ ਚਾਹੂੰਗਾ ਕਿ ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ, ਉੱਥੇ ਵਿਧਾਨ ਸਭਾ ਹੈ ਔਰ ਉੱਥੇ ਪਾਰਲੀਮੈਂਟ ਹੈ, ਉੱਥੇ ਮਤਲਬ ਉਸ ਜਗ੍ਹਾ ਵਿੱਚ ਇਸ ਤਰ੍ਹਾਂ ਦਾ ਹੋਣਾ ਆਪਣੇ ਆਪ ਵਿੱਚ ਕਾਫੀ ਮੰਦਭਾਗਾ ਹੈ। ਦੂਸਰੀ ਗੱਲ ਹੈ ਕਿ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਵੀ ਹੈ ਪੂਰੇ ਭਾਰਤ ਦੇ ਵਿੱਚ, ਕੀ ਬੀਬਾ ਹਰਸਿਮਰਤ ਕੌਰ ਬਾਦਲ ਇਸ ਮੁੱਦੇ ਨੂੰ ਪਾਰਲੀਮੈਂਟ ਵਿੱਚ ਚੁੱਕੇਗੀ? ਬਿਲਕੁਲ ਸੋਤਾ ਜੀ, ਇਸ ਮੁੱਦੇ ਨੂੰ ਪਾਰਲੀਮੈਂਟ 'ਚ ਉਹਨਾਂ ਨੂੰ ਚੱਕਣਾ ਚਾਹੀਦਾ, ਇਹ ਤਾਂ ਉਹਨਾਂ ਦੀ ਸੋਚ ਹੈ, ਚੱਕਣ ਨਾ ਚੱਕਣ। ਦੂਜੀ ਗੱਲ, ਇਸ ਮੁੱਦੇ ਨੂੰ ਇਸ ਐਂਗਲ ਨਾਲ ਨਾ ਚੱਕਣ ਵੀ ਸਿੱਖ ਤੇ ਹਮਲਾ ਹੋਇਆ, ਮਿਨੋਰਿਟੀ ਤੇ ਹਮਲਾ, ਉਹ ਇਸ ਕਾਰਨ ਵੀ ਇੱਕ ਇਨਸਾਨ ਤੇ ਹਮਲਾ ਹੋਇਆ। ਇਹ ਹਮਲਾ ਦੇਖੋ, ਉਸ ਬੰਦੇ ਨੇ ਗਲਤੀ ਕੀਤੀ ਕਿਰਪਾਨ ਕੱਢੀ, ਉਸ ਬੰਦੇ ਨੂੰ ਆਪਾਂ ਇੱਕ ਪੱਖੋਂ ਇਹ ਵੀ ਦੇਖ ਸਕਦੇ ਹਾਂ ਵੀ ਇੱਕ ਉਹਦਾ ਡਰਾਈਵਰ ਹੈਗਾ ਜਿਹੜਾ ਆਟੋ ਦਾ, ਉਹਨੂੰ ਇੰਨੀ ਸਮਝ ਵੀ ਨਹੀਂ ਹੋ ਸਕਦਾ ਨਾ ਹੋਵੇ ਉਹ, ਪਰ ਦੂਜੇ ਪਾਸੇ ਇੱਕ ਸਮਝਦਾਰ ਪੁਲਿਸ ਜੋ ਲੋਕਾਂ ਦਾ ਮਸਲਾ ਹੱਲ ਕਰਦੀ ਹੈ, ਉਹਨੇ ਸਾਰਾ ਉਹਨੂੰ ਕਾਨੂੰਨ ਦਾ ਪਤਾ ਹੈ, ਸਾਰਾ ਕੁਝ ਪਤਾ ਹੁੰਦੇ ਹੋਏ ਉਹਦੀ ਕੁੱਟਮਾਰ ਕੀਤੀ, ਇਹ ਗਲਤ ਗੱਲ ਹੈ, ਬਹੁਤ ਗਲਤ ਗੱਲ ਹੈ। ਔਰ ਬੰਸਲ ਸਾਹਿਬ, ਇਸ ਦੀ ਚਾਰੇ ਪਾਸੇ ਨਿੰਦਿਆ ਹੋ ਰਹੀ ਹੈ ਕਿਉਂਕਿ ਉਸ ਸਿੱਖ ਵੀਰ ਔਰ ਉਹਨਾਂ ਦੇ ਛੋਟੇ ਜਿਹੇ ਬੱਚੇ ਔਰ ਉਸ ਬੱਚੇ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਪਿਤਾ ਦੀ ਕਿਸੇ ਨਾ ਕਿਸੇ ਤਰ੍ਹਾਂ ਮਦਦ ਕੀਤੀ ਜਾ ਸਕੇ। ਜਦੋਂ ਵੀਡੀਓ ਵੇਖਦੇ ਹਾਂ ਤਾਂ ਸੱਚਮੁੱਚ ਬੜਾ ਦੁੱਖ ਲੱਗਦਾ ਬੰਸਲ ਸਾਹਿਬ, ਪਰ ਨਹੀਂ ਹੋਣਾ ਚਾਹੀਦਾ। ਇਹ ਤੁਹਾਡੀ ਗੱਲ ਬਿਲਕੁਲ ਹੈ ਕਿ ਇਸ ਪੂਰੇ ਮਾਮਲੇ ਨੂੰ ਰਾਜਨੀਤਿਕ ਤੁਲ ਨਹੀਂ ਦੇਣੀ ਚਾਹੀਦੀ, ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਆਖਰ ਭਵਿੱਖ ਦੇ ਵਿੱਚ ਕੀ ਕੀਤਾ ਜਾਵੇ ਤਾਂ ਕਿ ਅਜਿਹੀਆਂ ਘਟਨਾ ਦੁਬਾਰਾ ਨਾ ਹੋਣ। ਔਰ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪੂਰੇ ਦੇਸ਼ ਨੂੰ ਨਹੀਂ, ਪੂਰੇ ਸੰਸਾਰ ਨੂੰ ਤਰੱਕੀ ਵੱਲ ਲਿਜਾਣ ਵਿੱਚ ਸਿੱਖ ਸਮੁਦਾਇ ਦੇ ਨਾਲ ਨਾਲ ਹਰ ਇੱਕ ਸਮੁਦਾਇ ਦਾ ਬਹੁਤ ਵੱਡਾ ਯੋਗਦਾਨ ਹੈ। ਬਹੁਤ ਬਹੁਤ ਮਿਹਰਬਾਨੀ ਬੰਸਲ ਸਾਹਿਬ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।